ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਹੋਇਆ ਵੱਡਾ ਹੰਗਾਮਾ। ਅਣਪਛਾਤੇ ਵਿਅਕਤੀਆਂ ਨੇ ਹੋਟਲ ਦੇ ਮਾਲਕ ਤੇ ਕੀਤਾ ਜਾਨਲੇਵਾ ਹਮਲਾ। ਦੋਨਾਂ ਧਿਰਾਂ ਵਿਚਕਾਰ ਹੋਈ ਖੂਨੀ ਝੜਪ। ਅੰਮ੍ਰਿਤਸਰ ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਨੇ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਬਹੁਤ ਸਾਰੇ ਹੋਟਲ ਇਸ ਤਰ੍ਹਾਂ ਦੇ ਬਣੇ ਹੋਏ ਹਨ ਜਿਨ੍ਹਾਂ ਦੇ ਵਿੱਚ ਲੋਕੀ ਦੇਰ ਰਾਤ ਪਹੁੰਚ ਕੇ ਆਪਣਾ ਸਮਾਂ ਬਤੀਤ ਕਰਦੇ ਨੇ ਅਤੇ ਸਵੇਰੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚਦੇ ਹਨ। ਲੇਕਿਨ ਕਈ ਇਸ ਤਰ੍ਹਾਂ ਦੇ ਹੋਟਲ ਹਨ ਜੋ ਕਿ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਬਣੇ ਹੋਏ ਨੇ ਅਤੇ ਇਹਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਅਕਸਰ ਇਹ ਗੁੱਸਾ ਵੇਖਣ ਨੂੰ ਮਿਲਦਾ ਹੈ ਕਿਉਂਕਿ ਲੋਕਾਂ ਵੱਲੋਂ ਅਕਸਰ ਇਹ ਦੋਸ਼ ਲਗਾਏ ਜਾਂਦੇ ਨੇ ਕਿ ਇਹਨਾਂ ਹੋਟਲਾਂ ਦੇ ਵਿੱਚ ਦੇਹ ਵਪਾਰ ਦਾ ਧੰਦਾ ਚੱਲਦਾ ਹੈ ਜਿਸ ਨੂੰ ਲੈ ਕੇ ਬਹੁਤ ਸਾਰੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀਆਂ ਨੇ ਤੇ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜੋ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਦੱਸਦੇ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਇੱਕ ਵਾਰ ਫਿਰ ਤੋਂ ਹੋਟਲ ਨੂੰ ਲੈ ਕੇ ਵੱਡਾ ਹੰਗਾਮਾ ਹੋਇਆ। ਕੁਝ ਵਿਅਕਤੀਆਂ ਦੇ ਵੱਲੋਂ ਹੋਟਲ ਦੇ ਮਾਲਕ ਤੇ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਦੋਨਾਂ ਧਿਰਾਂ ਵਿਚਕਾਰ ਖੂਨੀ ਝੜਪ ਹੋ ਗਈ ਅਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਤਾਂ ਤੁਸੀਂ ਵੀ ਦੇਖ ਸਕਦੇ ਹੋ ਘਟਨਾ ਜਿਹੜੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਅਤੇ ਲਗਾਤਾਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ। ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਟਲ ਦੇ ਮਾਲਕ ਦਾ ਕੀ ਕੁਝ ਕਹਿਣਾ ਹੈ, ਕਿਉਂ ਵਿਅਕਤੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਤੇ ਕਿਸ ਗੱਲ ਨੂੰ ਲੈ ਕੇ ਇਹ ਤਕਰਾਰ ਹੋਈ ਹੈ ਕਿ ਖੂਨੀ ਝੜਪ ਤੱਕ ਇਹ ਸਾਰਾ ਮਾਮਲਾ ਪਹੁੰਚ ਜਾਂਦਾ ਹੈ। ਆਓ ਫਿਰ ਸੁਣਦੇ ਹਾਂ ਪੀੜਤ ਵਿਅਕਤੀ ਯਾਨੀ ਕਿ ਹੋਟਲ ਮਾਲਕ ਤੋਂ। ਮੈਂ ਹੋਟਲ ਜਾਣਾ ਆ, ਠੀਕ ਆ, ਮੇਰਾ ਬਾਗਰਾਮਨੰਦ ਹੋਟਲ ਆ, ਠੀਕ ਆ, ਤੇ ਮੈਂ ਉੱਥੇ ਚਲਾਉਂਦਾ ਹਾਂ, ਮੈਂ ਉੱਥੇ ਚਲਾਉਂਦਾ ਹਾਂ ਤੇ ਹੋਟਲ, ਤੇ ਮੈਂ ਉੱਥੇ ਗੱਡੀ ਮੁੜੀ ਇਹਨਾਂ ਦੀ ਭਾਜੀ ਹੋਰਾਂ ਦੀ, ਤੇ ਇਹਨਾਂ ਨੇ ਕੁਛ ਮੇਰਾ ਵੇਖ ਕੇ ਬੋਲੇ। ਮੈਂ ਭਾਜੀ ਨੂੰ ਕਿਹਾ, ਭਾਜੀ ਮੈਂ ਕੋਈ ਗੱਲ ਹੋਈ ਆ, ਤੁਸੀਂ ਬੋਲਣ ਦੇ ਸੀ ਇੱਦਾਂ, ਤੇ ਮੈਂ ਲਾ ਕੇ ਗਿਆ। ਮੈਂ ਭਾਜੀ ਚਲੋ ਗੱਲ ਕੀ ਹੋਈ ਆ, ਤੁਸੀਂ ਵੇਖਣ ਦੇ ਇੱਦਾਂ ਗਾਲਾਂ ਕੱਢਣ ਦੇ ਮੈਨੂੰ, ਮੈਂ ਲਾ ਕੇ ਗਿਆ ਭਾਜੀ ਗੱਲ ਕੀ ਹੋਈ ਆ, ਤੇ ਮੈਨੂੰ ਨਾਲ ਹੀ ਕਹਿੰਦੇ ਇੱਥੋਂ ਵੀਰ ਜੀ ਹੋਰੀ ਕਹਿੰਦੇ ਅੱਗੋਂ ਕਹਿੰਦੇ ਮੇਰੇ ਨਾਲ ਕਹਿੰਦੇ ਤੂੰ ਨਹੀਂ ਕਰਨੀ। ਮੈਂ ਕਿਹਾ ਭਾਜੀ ਤੂੰ ਮਲੀ, ਮੈਂ ਤੁਹਾਨੂੰ ਤੂੰ ਕੁਛ ਕਿਹਾ ਹੀ ਨਹੀਂ, ਮੈਂ ਤੁਹਾਨੂੰ ਭਾਈ ਭਾਈ ਆ ਗੱਲ ਕਰਨਾ, ਤੂੰ ਵੀ ਕਰਨਾ, ਮੇਰੀ ਸੁਣ ਲੈ ਗੱਲ, ਅੰਗਲ ਮੈਨੂੰ ਧੱਕਾ ਮਾਰਤਾ ਮੁੜ ਕੇ, ਮੈਂ ਮਾੜਾ ਜਿਹਾ, ਮੈਨੂੰ ਭਾਈ ਇੱਦਾਂ ਨਾ ਕਰੋ, ਧੱਕਾ ਨਾ ਮਾਰੋ, ਪਿੱਛੇ ਹੋ ਜਾਓ, ਮੈਨੂੰ ਪੰਜ ਜਣੇ ਪੈ ਗਏ ਉਸ ਤੋਂ ਬਾਅਦ, ਠੀਕ ਆ। ਉਸ ਤੋਂ ਬਾਅਦ ਭਾਜੀ ਸਾਰੀ ਮੇਰੇ ਹੋਟਲ ਦੇ ਕੈਮਰੇ 'ਚ ਰਿਕਾਰਡਿੰਗ ਆ, ਕਢਾ ਕੇ ਵੇਖ ਲਓ ਕੌਣ ਗਲਤ ਸੀ ਕੌਣ ਸਹੀ ਆ, ਕਿੰਨੇ ਕੁੱਟਿਆ ਕਿੰਨੇ ਨਹੀਂ ਭਾਜੀ। ਇਹ ਮੇਰਾ ਸਿਰ ਪਾੜਿਆ, ਤਲਵਾਰਾਂ ਆਈਆਂ ਮੇਰੇ ਸਿਰ 'ਤੇ, ਮੇਰੇ ਸਿਰ 'ਤੇ ਕੜੇ ਆਏ ਆ, ਮੇਰੇ ਸਿਰ 'ਤੇ ਜਿਹੜਾ ਤਲਵਾਰ ਦੀ ਮੁੱਠ ਹੁੰਦੀ ਮੇਰੇ ਉਹ ਮਾਰੀ, ਮੇਰੇ ਪਾਪਾ ਦੇ ਮਾਰੀ ਆ, ਠੀਕ ਆ। ਕਿੰਨੇ ਜਾਣੇ ਜ਼ਖਮੀ ਹੋਏ ਭਾਜੀ? ਭਾਜੀ 4-5 ਜਣੇ ਜ਼ਖਮੀ ਹੋਏ ਆ। ਕੀ ਮੰਗ ਕਰਦੇ ਜੀ? ਮੰਗ ਭਾਜੀ ਮੰਗਦਾ ਮੈਨੂੰ ਸਿੱਧੀ ਗੱਲ, ਇਨਸਾਫ ਚਾਹੀਦਾ ਸਾਨੂੰ, ਜਿਹੜੇ ਸਾਨੂੰ ਕਰਦੇ, ਜਿਹੜਾ ਕੱਟ ਕੁੱਟ ਪਏ ਆ, ਹਾਲੇ ਵੀ ਸਾਈਡ ਤੇ ਕੈਮਰਾ ਕਰ ਲਓ ਕੀ ਤਮਾਸ਼ਾ ਹੁੰਦਾ ਉਧਰਲੇ ਬੰਨੇ। ਉਧਰੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਵੀ ਜਿਵੇਂ ਉਹਨਾਂ ਨੂੰ ਘਟਨਾ ਦੀ ਸੂਚਨਾ ਮਿਲਦੀ ਹੈ ਉਹ ਪਹੁੰਚ ਜਾਂਦੇ ਨੇ ਮੌਕੇ ਤੇ, ਤਾਂ ਉਹਨਾਂ ਦੇ ਵੱਲੋਂ ਅਤੇ ਪੁਲਿਸ ਅਧਿਕਾਰੀ ਜਿਨ੍ਹਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਸਾਰਾ ਮਾਮਲਾ ਸ਼ਾਂਤ ਕਰਵਾਇਆ ਜਾਂਦਾ ਹੈ, ਤਾਂ ਇਹਨਾਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਇਹਨਾਂ ਤੋਂ ਵੀ। ਦੇਖੋ ਮੈਂ ਰਵਿੰਦਰ ਡਾਵਰ ਹਾਂ ਜੀ, ਉੱਥੋਂ ਕਾਲ ਆਈ ਸੀ ਕਿ ਸਾਨੂੰ ਰਾਮਾਨੰਦ ਬਾਗ ਤੋਂ ਕਿ ਇੱਦਾਂ ਦਾ ਉੱਥੇ ਲੜਾਈ ਝਗੜਾ ਹੋ ਰਿਹਾ ਅਤੇ ਬਹੁਤ ਖੂੰਖਾਰ ਆਪਸ ਦੇ ਵਿੱਚ ਇਹਨਾਂ ਦੀਆਂ ਇੱਟਾਂ ਉੱਟਾਂ ਜਾਂ ਕਿਰਪਾਨਾਂ ਕੁਰਪਾਨਾਂ ਜੋ ਵੀ ਚੱਲ ਰਹੀਆਂ। ਅਸੀਂ ਮੌਕੇ 'ਤੇ ਪਹੁੰਚੇ ਹਾਂ, ਦੋਨਾਂ ਪਾਰਟੀਆਂ ਨੂੰ ਦੇਖਿਆ, ਇੱਕ ਹੋਟਲ ਵਾਲੀ ਕੋਈ ਪਾਰਟੀ ਸੀਗੀ ਜਿਨ੍ਹਾਂ ਦੇ ਉੱਤੇ ਇਹ ਅੰਨੇਵਾਹ 4-6 ਜਣੇ ਉਹਨਾਂ ਨੂੰ ਮਾਰੀ ਕੁੱਟੀ ਜਾਣ ਡਏ ਸੀਗੇ, ਜਦਕਿ ਅਸੀਂ ਰੋਕਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ, ਬਟ ਉਹ ਪਤਾ ਨਹੀਂ ਡਰਿੰਕ ਸੀਗੇ, ਉਹ ਸਾਰੇ ਦੇ ਸਾਰੇ ਕਿਰਪਾਨਾਂ ਕੁਰਪਾਨਾਂ ਫੜੀਆਂ ਸੀਗੀਆਂ ਅਤੇ ਉਹ ਇਹਨਾਂ ਨੂੰ ਮਾਰੀ ਤੁਰੀ ਜਾਣ ਡਏ ਸੀ ਹੋਟਲ ਵਾਲਿਆਂ ਨੂੰ। ਉਹ 3-4 ਜਣੇ ਜ਼ਖਮੀ ਜੇ ਹੋਏ ਹੋਏ ਨੇ, ਸੁਣਵਾਈ ਕਿਸੇ ਦੀ ਕਰਦੇ ਨਹੀਂ ਸੀ ਪਏ, ਮੋਦਵਾਰੀ ਵੀ ਉੱਥੇ 2-4 ਜਣੇ ਖੜੇ ਸੀਗੇ, ਬਟ ਸਭ ਤਮਾਸ਼ਾ ਵੇਖਣ ਵਾਲੇ ਸੀ, ਬਟ ਵਿੱਚ ਘਰ ਆ ਕੇ ਕੋਈ ਛਡਾਉਣਾ ਨਹੀਂ ਸੀ। ਅਸੀਂ ਮੌਕੇ 'ਤੇ ਗਏ ਸੀਗੇ, ਮੌਕੇ 'ਤੇ ਡਿਊਟੀ ਅਫਸਰ ਚਲੇ ਗਏ ਸੀ ਅਤੇ ਉਹਨਾਂ ਇੱਥੇ ਲੈ ਕੇ ਆਏ ਆ ਅੱਗੇ ਕਾਰਵਾਈ। ਕਿਹੜੀ ਜਗ੍ਹਾ ਕਰ ਹੋਇਆ ਇਹ ਝਗੜਾ? ਰਾਮਾਨੰਦ ਬਾਗ, ਉਹ ਤਾਂ ਮੰਗਾ ਹੋਟਲ, ਉੱਥੇ ਝਗੜਾ ਹੋਇਆ ਆਪਸ ਦੇ ਵਿੱਚ ਹੋਇਆ ਇਹਨਾਂ ਦਾ।
ਹੋਟਲ ਵਾਲਿਆਂ ਨਾਲ ਆਪਸ ਵਿੱਚ ਮਲਿਆਲਿਆਂ ਦਾ ਹੋਇਆ ਵਾ, ਮਲਿਆਲਿਆਂ ਦਾ ਅਜੇ ਚੱਲਣ ਦੇ ਤਫਤੀਸ਼ ਚੱਲਦੀ ਹੈ। ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਖਾਸ ਰਿਪੋਰਟ।